on the eve of independence day ਅੱਜ ਅਸੀਂ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਇੱਕ ਐਹੋਜੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਾਰਾ ਸਮਾਂ ਸੇਵਾ ਵਿੱਚ ਨਿਗਾਇਆ ਹੈ ਐਸੀ ਗੱਲਬਾਤ ਕਰ ਰਹੇ ਹਾਂ ਅਸ਼ੋਕ ਪੰਡਾਰੀ ਜੀ ਦੀ ਜੋ ਕਿ 604 ਸੈਕਟਰ 6 ਪੰਚਕੁਲਾ ਵਿਖੇ ਆਪਣੀ ਸੇਵਾਵਾਂ ਦੇ ਰਹੇ ਨੇ ਕਰੋਨਾ ਮਹਾਮਾਰੀ ਦੇ ਦੌਰਾਨ ਵੀ ਅਸ਼ੋਕ ਪੰਡਾਰੀ ਜੀ ਵੱਲੋਂ ਫ੍ਰੀ ਮਾਸਕ ਦੇ ਲੰਗਰ ਲਗਾਏ ਗਏ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਵੱਲੋਂ ਮਾਸਕ ਵੰਡੇ ਗਏ ਅਸ਼ੋਕ ਪੰਡਾਰੀ ਜੀ ਵੱਲੋਂ ਫ੍ਰੀ ਪੌਦੇ ਵੀ ਲਗਾਏ ਗਏ ਉਹਨਾਂ ਦਾ ਮੰਨਣਾ ਹੈ ਆਕਸੀਜਨ ਆਪਣੀ ਜ਼ਿੰਦਗੀ ਲਈ ਸਭ ਤੋਂ ਵੱਧ ਮਹੱਤਵਪੂਰਨ ਹੈ। ਅਸ਼ੋਕ ਪੰਡਾਰੀ ਜੀ ਨੇ ਮਾਈਕ ਲਗਾ ਕੇ ਵੀ ਚੌਂਕਾਂ ਤੇ ਲੋਕਾਂ ਨੂੰ ਮਾਸਕ ਪਾਣ ਲਈ ਜਾਗਰੂਕ ਕੀਤਾ। ਆਓ ਕਰਦੇ ਹਾਂ ਗੱਲਬਾਤ ਅਸ਼ੋਕ ਪੰਡਾਰੀ ਜੀ ਨਾਲ। ਦਸ਼ਕੂ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਅਸ਼ੋਕ ਪੰਡਾਰੀ ਜੀ ਕੋਲ। ਜਿਨ੍ਹਾਂ ਨੇ ਵਾਤਾਵਰਣ ਪ੍ਰੇਮੀ, ਜਿਨ੍ਹਾਂ ਨੇ ਲੋਕਾਂ ਨੂੰ ਕਰੋਨਾ ਦੇ ਐਪੀਡੈਮਿਕ ਦੇ ਵਿੱਚ ਮਾਸਕ ਵੰਡੇ ਔਰ ਆਜ਼ਾਦੀ ਦਿਵਸ ਦੇ ਉੱਤੇ ਇਹਨਾਂ ਨੇ ਤਿਰੰਗੇ ਦਾ ਜਿਹੜਾ ਹੈਗਾ ਬਹੁਤ ਲੋਕਾਂ ਨੂੰ ਫ੍ਰੀਜ ਦੇ ਵਿੱਚ ਜਿਹੜੇ ਹੈਗੇ ਆ ਤਿਰੰਗੇ ਦੇ ਝੰਡੇ ਦਿੱਤੇ ਲੋਕਾਂ ਚ ਦੇਸ਼ ਭਗਤੀ ਦੀ ਭਾਵਨਾ ਇੱਕ ਬਹੁਤ ਵੱਡੇ ਰਾਈਟਰ ਨੇ ਸ਼ਾਇਰ ਨੇ ਮਸ਼ਹਰੀਆਂ ਦੇ ਜਾਂਦੇ ਨੇ ਔਰ ਹਮੇਸ਼ਾ ਜ਼ਿੰਦਗੀ ਨੂੰ ਪੋਇਟਿਕ ਰੂਪ ਚ ਦੇਖਦੇ ਆ ਆਪਾਂ ਦੇਖ ਸਕਦੇ ਆ ਕਿ ਆਨ ਵਾਲੇ ਸਮੇਂ ਦੇ ਵਿੱਚ ਪਹਿਲਾਂ ਬਿਰਦਾ ਆਸ਼ਰਮ ਦੀ ਸੇਵਾ ਜਿਹੜੀ ਜਿੰਨਾ ਬਸਿ ਵਿਖੇ ਹੋ ਰਹੀ ਸੀਗੀ ਔਰ ਉਹਦੇ ਨਾਲ ਨਾਲ ਹੋਰ ਸਵਾਵਾ ਔਰ ਆਨ ਵਾਲੇ ਸਮੇਂ ਦੇ ਵਿੱਚ ਬਹੁਤ ਨਈਏ ਕ੍ਰੀਏਸ਼ਨਸ ਕਰ ਰਹੇ ਨੇ ਸ਼ੋਕ ਮੰਡਾੜੀ ਜੀ ਆਜ਼ਾਦੀ ਦਿਵਸ ਦਾ ਦਿਨ ਹੈ ਮੌਸਮ ਹੈ ਸਾਰੀ ਦੁਨੀਆ 72 ਸਾਲ ਪੂਰੇ ਹੋਣ ਤੇ ਆਜ਼ਾਦੀ ਦਿਵਸ ਅੱਜ ਮਨਾ ਰਹੀ ਹੈਗੀ ਆ ਟੀਨਣਾ ਚਾਹੋਗੇ ਇਹ ਬਹੁਤ ਬਹੁਤ ਵਧਾਈਆਂ 15 ਅਗਸਤ ਦੀਆਂ ਆਜ਼ਾਦੀ ਦਾ ਜਿਹੜਾ ਉਤਸਵ ਹੈ ਇਹ ਬਹੁਤ بڑا ਉਤਸਵ ਹੈ ਇਹਨੂੰ ਉਤਸਵ ਦੇ ਤੌਰ ਤੇ ਮਨਾਓ ਪਹਿਲੀ ਗੱਲ ਦੂਜੀ ਗੱਲ ਜਿਹੜੀ ਮੋਦੀ ਸਾਹਿਬ ਨੇ ਕਿਹਾ ਕਿ 14 ਅਗਸਤ ਨੂੰ ਵੀ ਮਨਾਣਾ ਹੈ ਆਪਾਂ ਨੇ 14 ਅਗਸਤ ਨੂੰ ਜਿਹੜਾ ਵਿਭਾਜਨ ਹੈ ਜਿਹੜਾ ਵਿਭਾਜਨ ਹੋਇਆ ਸੀ 1947 ਚ 75 ਸਾਲ ਪਹਿਲਾਂ ਜਿਸ ਟਾਈਮ ਪਾਕਿਸਤਾਨ ਬਣਿਆ ਸੀ ਔਰ ਜਿਹੜਾ ਹੈ ਈਸਟ ਔਰ ਵੈਸਟ ਪਾਕਿਸਤਾਨ ਦੋਨੇ ਬਣੇ ਸੀ ਇਹ ਉਸ ਟਾਈਮ ਜੋ ਕੁਝ ਹੋਇਆ ਸੀ ਉਹ ਐਜ਼ ਅ ਤਰਾਸਦੀ ਵਿਭਾਜਨ ਇੱਕ ਤਰਾਸ ਦੀ ਅਜੇ ਤੌਪਸ ਤੇ 14 ਅਗਸਤ ਮਨਾਇਆ ਜਾ ਰਿਹਾ ਹੈਗਾ ਕੱਲ ਦਾ ਦਿਨ ਪੂਰੇ ਮੁਲਕ ਦੇ ਵਿੱਚ ਇਹ ਚੀਜ਼ ਮਨਾਈ ਗਈ ਉਹ ਇਹੀ ਪਰਪਸ ਸੀ ਕਿ ਆਪਣੀ ਅਗਲੀ ਜਨਰੇਸ਼ਨ ਨੂੰ ਪਤਾ ਲੱਗੇ ਭੁੱਲ ਨਾ ਜਾਵੇ ਅਗਲੀ ਜਨਰੇਸ਼ਨ ਕਿੰਨੇ ਲੱਖਾਂ ਇਨਸਾਨ ਉਹਨਾਂ 2 ਦਿਨ ਚ ਗੁਆਏ ਅਸੀਂ 10 ਲੱਖ ਦਾ ਫਿਗਰ ਜਿਹੜੀ ਹੈ ਗਵਰਨਮੈਂਟ ਐਕਸੈਪਟ ਕਰ ਰਹੀ ਹੈ ਗਵਰਨਮੈਂਟ ਦੇ ਰਿਕਾਰਡਸ ਦੇ ਵਿੱਚ 10 ਲੱਖ ਦੀ ਫਿਗਰ ਹੈ ਦੋ ਲੱਖ ਲੇਡੀਜ਼ ਨਹੀਂ ਮਿਲੀਆਂ ਜਿਹੜੀਆਂ ਕਿ ਪਤਾ ਨਹੀਂ ਕਿ ਕਿਸ ਕੰਡੀਸ਼ਨ ਚ ਰਹਿ ਰਹੀਆਂ ਹੋਣਗੀਆਂ ਠੀਕ ਹੈ ਉਹਨਾਂ ਨੂੰ ਗੁਲਾਮ ਬਣਾ ਕੇ ਰੱਖ ਰਹੇ ਹੋਣਿਆ ਉਹ ਕੁਝ ਨਹੀਂ ਪਤਾ ਕੁਝ ਨਹੀਂ ਪਤਾ ਹੈ ਠੀਕ ਹੈ ਕਿਸ ਹਾਲਤ ਦੇ ਵਿੱਚ ਹੋਣਗੇ ਇਹ ਅਲੱਗ ਗੱਲ ਹੈ ਆਪਣੇ ਮੁਲਕ ਦੇ ਵਿੱਚ ਤਾਂ ਆਪਾਂ ਨੇ ਜਿੰਨੇ ਵੀ ਮੁਸਲਿਮਜ਼ ਰਹੇ تھے ਉਹਨਾਂ ਨੂੰ ਆਪਾਂ ਨੇ ਪੂਰੀ ਇੱਜ਼ਤ ਦਿੱਤੀ ਉਹਨਾਂ ਨੂੰ ਫੀਲ ਕੀਤਾ ਕਿ ਹਮਵਤਨ ਹੈ ਹੋ ਆਪਾਂ ਨੇ ਹਿੰਦੂਆਂ ਨੇ ਸਿੱਖਾਂ ਨੇ ਈਸਾਈਆਂ ਨੇ ਸਭ ਨੇ ਫੀਲ ਕੀਤਾ ਕਿ ਹਮਵਤਨ ਹੈ ਹੋ ਮਗਰ ਜਿਹੜੇ ਪਾਕਿਸਤਾਨ ਚ ਰਹਿ ਗਏ ਉਹਨਾਂ ਦੀ ਖੁਦਾਈ ਜਾਣਦਾ ਭਗਵਾਨੇ ਜਾਣਦਾ ਉਹਨਾਂ ਨਾਲ ਕੀ ਹਸ਼ਰ ਹੋਇਆ ਮੈਂ ਇਹਦੇ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਬਿਹਤਰ ਇਹ ਸਾਇਲੈਂਟ ਰਹਾ ਮਗਰ ਜੋ ਕੁਝ ਹੋਇਆ ਹੋਊਗਾ ਉਹ ਚੰਗਾ ਨਹੀਂ ਹੋਇਆ ਹੋਣਾ ਜਿਹੜੀ ਪਰਸੈਂਟੇਜ ਘਟ ਕੇ ਜਿਹੜੇ ਪੁਆਇੰਟਾਂ 'ਚ ਰਹਿ ਗਈ ਹੁਣ ਉਹਦਾ ਕਾਰਨ ਕੀ ਹੈ ਪਾਕਿਸਤਾਨ 'ਚ ਜਿਹੜੀ ਹਿੰਦੂ ਸਿੱਖਾਂ ਇਸਾਈਆਂ ਦੀ ਪਰਸੈਂਟੇਜ ਘਟ ਕੇ ਇੰਨੀ ਕਿ ਰਹਿ ਗਈ ਹੈ ਉਹਦਾ ਕੀ ਕਾਰਨ ਹੈ ਜਾਂ ਤਾਂ ਕੰਟੀਨਿਊਸ ਜਿਹੜਾ ਹੈ ਉਹ ਇਹਨਾਂ ਕੌਮਾਂ ਨਾਲ ਜਿਹੜੀ ਹੈ ਧਰਮਾਂ ਦੇ ਨਾਲ ਜਾਤੀਆਂ ਹੋ ਰਹੀਆਂ ਜਾਂ ਉਸ ਟਾਈਮ ਇੰਨੀਆਂ ਜਾਤੀਆਂ ਹੋਈਆਂ ਕਿ ਆਪਣੇ ਮੁਠੀ ਵੀ ਨਹੀਂ ਮੁਠੀ ਪਰ ਲੋਕ ਵੀ ਨਹੀਂ ਬਚੇ ਉੱਥੇ ਪਰਸੈਂਟੇਜ ਐਨੀ ਘਟ ਗਈ ਰਾਈਟ ਮੇਰੇ ਆਪਣੇ ਮੁਲਕ ਦੇ ਵਿੱਚ ਇਹ ਚੀਜ਼ ਨਹੀਂ ਹੈ ਬਿਲਕੁਲ ਨਹੀਂ ਹੈ ਜੋ ਪੂਰਾ ਬਰਾਬਰ ਦਾ ਹੱਕ ਹੈ ਪੂਰੇ ਬਰਾਬਰ ਦੀ ਸਿਕਿਉਰਿਟੀ ਹੈ ਜੋ ਮੇਰੇ ਵਾਸਤੇ ਹੈ ਉਹ ਦੂਜੇ ਧਰਮ ਦੇ ਇਨਸਾਨ ਵਾਸਤੇ ਹੈ ਹਰ ਇੱਕ ਧਰਮ ਬਰਾਬਰ ਹੈ ਆਪਣੇ ਮੁਲਕ ਦੇ ਵਿੱਚ ਹਰ ਇੱਕ ਧਰਮ ਨੂੰ ਇੱਕ ਦੂਜੇ ਧਰਮ ਨੇ ਮੈਂ ਨਹੀਂ ਕਹਦਾ ਹਿੰਦੂਆਂ ਨੇ ਦਿੱਤੀ ਨਾ ਇੱਕ ਦੂਜੇ ਧਰਮ ਦੇ ਨੂੰ ਜਿਹੜਾ ਹੈ ਜਿੰਨੀ ਇੱਜ਼ਤ ਦਿੱਤੀ ਹੈ ਆਪਣੇ ਮੁਲਕ ਵਿੱਚ ਉਹ ਆਪਣੇ ਮੁਲਕ ਸਿਏਗਾ ਉਹ ਕਿਤੇ ਬਾਹਰ ਤੋਂ ਦੇਖਣ ਨੂੰ ਨਹੀਂ ਮਿਲੇਗੀ ਸਰ ਜਿਹੜੀ ਇੱਕ ਬੁੱਕ ਤੁਸੀਂ ਲਿਖੀ ਆ ਆਜ਼ਾਦੀ ਦੇ ਉੱਤੇ ਜਿਹਦੇ ਨਾਲ ਕਿਉਂਕਿ ਤੁਸੀਂ ਇੱਕ ਐਸੇ ਇਨਸਾਨ ਹੋ ਜਿਨ੍ਹਾਂ ਨੇ ਹਮੇਸ਼ਾ ਸੇਵਾ ਕੀਤੀ ਹੈ ਔਰ ਹਮੇਸ਼ਾ ਇੱਕ ਰਾਈਟਰ ਦੇ ਤੌਰ ਦੇ ਉੱਤੇ 크리에ਟਿਵ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਲਿਖੀਆਂ ਜਿਹਦੇ ਨਾਲ ਲੋਕਾਂ ਦੀ ਦੇਸ਼ ਭਗਤੀ ਦੀ ਭਾਵਨਾ ਹੋਰ ਪਣਪੇ ਜੋ ਵੀ ਉਹ ਲਾਈਨਾਂ ਪੜੇ ਉਹਦੇ ਵਿੱਚ ਉਹਦੇ ਰੰਗੋਟੇ ਜਿਹੜੇ ਹੈਗੇ ਉਹਨੂੰ ਉਹਦੇ ਖੂਨ 'ਚ ਗਰਮੀ ਜਿੱਦਾਂ ਤੁਸੀਂ ਕਿਹਾ ਕਿ ਮੇਰੇ ਮੈਂ ਖੇਤਾਂ 'ਚ ਦੇਖਿਆ ਝੰਡੇ ਲੱਗੇ ਤੇ ਮੇਰੇ ਖੂਨ 'ਚ ਗਰਮੀ ਆ ਗਈ ਉਹੀ ਗਰਮੀ ਹੈ ਜਿਹੜੀਆਂ ਵਾਕਈ ਤੁਹਾਡੀ ਗੱਲ ਸਹੀ ਹੈ ਵੀ ਮੋਦੀ ਸਾਹਿਬ ਜਾਂਦੇ ਵੀ ਨੈਕਸਟ ਜਨਰੇਸ਼ਨ ਹੈ ਜਿਹੜੀ ਔਰ ਜਿੱਦਾਂ ਜਿਸ ਸ਼ਰਦਾ ਦੇ ਨਾਲ ਇਸ ਵਾਰ ਜਿਹੜਾ 15 ਅਗਸਤ ਦਾ ਤੇ 14 ਅਗਸਤ 13 ਅਗਸਤ ਤੋਂ ਹੀ ਜਿਹੜਾ ਹੈਗਾ ਇਹ ਨੂੰ ਕਿਤ ਸਭ ਵੰਗੂ ਮਨਾਇਆ ਗਿਆ ਲੋਕਾਂ ਨੇ ਦੀਵਾਲੀ ਵੰਗੂ ਮਨਾਇਆ ਲੋਕਾਂ ਨੇ ਦੀਪਮਾਲਾਆਂ ਕੀਤੀਆਂ ਲੋਕਾਂ ਨੇ ਇੱਕ ਦੂਜੇ ਨੂੰ ਵਧਾਈਆਂ ਦੇਣ ਵਾਲੀ ਕੋਈ ਕਸਰ ਨਹੀਂ ਛੱਡੀ ਇਸ ਵਾਰ ਕੀ ਕਹਣਾ ਚਾਹੋ ਇਸ ਕੋਈ ਦੋਰ ਆਏ ਨਹੀਂ ਜੀ ਕਿ ਇਸ ਵਾਰੀ ਇਹ ਦੀਵਾਲੀ ਤੋਂ ਵੀ ਉੱਪਰ ਮਨਾਇਆ ਜਾ ਰਿਹਾ ਹੈ ਪਰਵੇ ਤੁਸੀਂ ਦੀਪ ਜਿਹੜਾ ਹੈ ਸ਼ਹਿਰ ਦੇ ਅੰਦਰ ਬੜ ਕੇ ਘਰਾਂ ਦੇ ਵਿੱਚ ਦੇਖੋ ਘਰਾਂ ਦੇ ਵਿੱਚ ਆ ਦੇਖੋ ਇਹ ਜਿਵੇਂ ਇਹ ਚੰਡਾ ਹੈ ਆਪਣੇ ਇਸ ਤਰ੍ਹਾਂ ਹੀ ਹਰ ਇੱਕ ਘਰ ਦੇ ਵਿੱਚ ਇੱਕ ਦੋ ਚੰਡੇ ਜਿਹੜੇ ਪਏ ਹੋਗੇ ਜਿਹੜੇ ਕਿ ਉੱਪਰ ਇੱਕ ਤਾਂ ਲਗਾਤਾ ਸੀਗਾ ਹੁਣ ਜਿਸ ਦਿਨ ਉਹ ਹਲਕਾ ਜਿਹਾ ਸਪੋਇਲ ਹੋਇਆ ਤੇ ਇਹ ਅਸੀਂ ਉੱਪਰ ਲਗਾ ਦੇਣਾ ਚਾਹਦੇ ਉੱਪਰ ਮਤਲਬ ਇਹ ਨਹੀਂ ਕਿ 13 14 15 ਤਰੀਕ ਨੂੰ ਹੀ ਲਗਾਣਾ ਹੈ ਇਹ ਤਾਂ ਜਿਸ ਦਿਨ ਸਾਲ ਦੇ ਸਾਲ ਵਾਸਤੇ ਤਿਆਰ ਪਏ ਹੈ ਜਿਹहां ਵੀ ਜਿਸ ਦਿਨ ਕੋਈ ਜਿਹੜੀ ਹੈ ਸਮੱਸਿਆ ਆਪਣੇ ਉਸ ਉਸ ਚੰਡੇ ਦੇ ਨਾਲ ਕੋਈ ਸਪਾਇਰ ਹੋਏਗਾ ਚੰਡਾ ਉਹ ਤੇ ਉਸ ਟਾਈਮ ਜਿਹੜਾ ਹੈ ਆਪਣੇ ਚੰਡੇ ਹੋਰ ਘਰ ਚ ਰੱਖੇ ਹੋਏ ਆ ਆ ਦੇਖੋ ਆ ਰੱਖਿਆ ਵੈ ਆ ਰੱਖਿਆ ਵੈ ਇਹ ਆਪਣੇ ਘਰ ਚ ਪਏ ਆ ਚੰਡੇ ਠੀਕ ਹੈ ਤੋਂ ਮਾਨ ਨਾਲ ਪੂਰੀ ਇੱਜ਼ਤ ਨਾਲ ਸ਼ਾਨ ਨਾਲ ਜਿਹੜਾ ਹੈ ਅਸੀਂ ਉੱਪਰ ਜਿਹੜੇ ਚੰਡੇ ਲੱਗੇ ਹੋਏ ਉਹਨੂੰ ਬਦਲਾਂਗੇ ਇਹ ਚੀਜ਼ ਮੇਰੇ ਘਰੇ ਨਹੀਂ ਹੈ ਇਹ ਹਿੰਦੁਸਤਾਨ ਦੇ ਹਰੀ ਘਰ ਦੇ ਵਿੱਚ ਫੀਲਿੰਗ ਹੈਗੀ ਇਹ ਯਕਨ ਤੋਂ ਅੱਜ ਮਗਰ ਮੈਂ ਇੱਕ ਇਸ ਤੋਂ ਹਟ ਕੇ ਥੋੜੀ ਜਿਹੀ ਇੱਕ ਲਾਈਨ ਬੋਲਣਾ ਚਾਹੁੰਦਾ ਮੈਨੂੰ ਇਜਾਜ਼ਤ ਦਿਓਗੇ ਤੁਸੀਂ ਅੱਜ ਜੋ ਮੋਦੀ ਸਾਹਿਬ ਨੇ 10 ਪੁਆਇੰਟ ਦਿੱਤੇ ਹਨ ਉਹ ਐਨਏ ਵੈਲਿਡ ਔਰ ਐਨਏ ਵਾਜ਼ਿਫ ਉਹ ਜਿਹੜੇ ਹਨ ਪੁਆਇੰਟ ਰੱਖेंगे ਇੱਕ ਪੁਆਇੰਟ ਜਿਹੜਾ ਐਸਾ ਹੈ ਕਿ ਉਹ 1.0 ਦੇ ਉੱਪਰ ਵੀ ਆਪਣਾ ਆਪਣਾ ਮੁਲਕ ਆਪਣੇ ਜਿਹੜੇ ਹੈ ਪਹਿਨ ਪਾਈ ਆਪਣੇ ਹਮਵਤਨ ਅਗਰ ਗੌਰ ਕਰ ਲੈਣਾ 1.0 ਦੇ ਉੱਪਰ ਵੀ ਉਹ ਐਸਾ ਪੁਆਇੰਟ ਹੈ ਕਿ ਉਹ ਹਿੰਦੁਸਤਾਨ ਨੂੰ ਪਤਾ ਨਹੀਂ ਕਿੱਥੋਂ ਕਿੱਥੇ ਲੈ ਜਾਊਗਾ ਉਹਨਾਂ ਦਸਾਂ ਚੋਂ ਇੱਕ ਪੁਆਇੰਟ ਜਿਹੜਾ ਸੀਗਾ ਉਹ ਇਹ ਹੈ ਕਿ ਜਿਹੜੇ ਸ਼ਖਸ ਜਿਹੜੇ ਬਦਮਾਸ਼ ਮੈਂ ਲਫ਼ਜ਼ ਕੀ ਇਸਤੇਮਾਲ ਕਰਾਂ ਮੇਰੇ ਕੋਲ ਲਫ਼ਜ਼ ਹੈ ਨਹੀਂ ਇਸ ਟਾਈਮ ਜਿਹੜੇ ਲੀਡਰ ਜਿਨ੍ਹਾਂ ਨੇ ਅਰਮਾ ਰੁਪਿਆ ਖਾ ਲਿਆ ਹਜ਼ਾਰਾਂ ਕਰੋੜਾਂ ਰੁਪਿਆ ਖਾ ਲਿਆ ਜਿਨ੍ਹਾਂ ਨੇ ਕੋਰਟ ਨੇ ਉਹਨਾਂ ਨੂੰ ਸਜ਼ਾ ਦੇ ਦਿੱਤੀ ਕੋਰਟ ਨੇ ਉਹਨਾਂ ਨੂੰ ਸਜ਼ਾ ਦੇ ਦਿੱਤੀ ਫਿਰ ਪਬਲਿਕ ਉਹਨਾਂ ਨੂੰ ਜਿਤਾਨ ਦੇ ਲੱਗੀ ਵੀ ਹੈ ਲਾਣਾ ਤਾਂ ਐਸੇ ਸ਼ਖਸ ਦੇ ਉੱਪਰ ਜਿਹੜਾ ਦੁਆਰਾ ਖੜਾ ਹੁੰਦਾ ਹੈ ਔਰ ਲਾਣਾ ਤਾਂ ਉਹਨਾਂ ਇਨਸਾਨਾਂ ਦੇ ਉੱਪਰ ਜਿਹੜੇ ਉਹਨੂੰ ਦੁਆਰਾ ਜਿਤਾਉਂਦੇਗੇ ਜਾਂ ਫੀਲ ਵੀ ਲਿਆਉਂਦੇ ਉਹਨੂੰ ਦੁਤਕਾਰਨ ਦੀ ਬਜਾਏ ਉਹਨੂੰ ਤੁਸੀਂ ਇੱਜ਼ਤ ਦੇ ਰਹੇ ਹੋ ਜਿਦੇ ਜੇ ਮਤਲਬ ਇਹ ਆਤਾ ਤੁਹਾਨੂੰ ਆਪਣੀ ਕੋਰਟ ਦੇ ਉੱਪਰ ਵਿਸ਼ਵਾਸ ਨਹੀਂ ਹੈ। ਅਗਰ ਐਸੀ ਗੱਲ ਹੈ ਫਿਰ ਤਾਂ ਮੇਰੇ ਕੋਲ ਲਫ਼ਜ਼ ਨਹੀਂ ਤੁਹਾਡੇ ਵਾਸਤੇ ਤੁਸੀਂ ਹਿੰਦੁਸਤਾਨੀ ਕਹਿਣ ਦੇ ਕਾਬਿਲ ਹੀ ਨਹੀਂ ਰਹੇ। ਤੁਸੀਂ ਇਸ ਕਾਬਿਲ ਹੀ ਨਹੀਂ ਹੈ। ਰਾਈਟ ਅਗਰ ਤੁਹਾਨੂੰ ਭਰੋਸਾ ਹੈ ਆਪਣੀ ਕੋਰਟ ਦੇ ਉੱਪਰ ਮੇਰਾ ਨਿਹਾਲ ਕੋਰਟ ਦਾ ਭਰਾ ਖੁਦਾ ਦਾ ਭਗਵਾਨ ਦਾ ਰੂਪ ਹੁੰਦਾ ਹੈ। ਜੇ ਉਹਨਾਂ ਨੇ ਕਈ ਇਕਨੇ ਸੈਂਕੜਾ ਹੀ ਐਸੇ ਲੀਡਰ ਹੈ ਜਿਹੜੇ ਕਿ ਉਹਨਾਂ ਨੇ ਕਲਪਰੇਟ ਜਿਹੜੇ ਮੈਂ ਕਲਪਰੇਟ ਕਹੂੰਗਾ ਕਲਪਰੇਟ ਉਹ ਐਕਸੈਪਟ ਕਰ ਲਏ ਕੋਰਟ ਨੇ ਕਿਹਾ ਵੀ ਕਲਪਰੇਟ ਹੈ ਉਹਨਾਂ ਨੂੰ ਸਜ਼ਾ ਵੀ ਦੇਦੀ ਉਹ ਜੇਲ੍ਹ ਚ ਬੰਦ ਹੈ ਕੈਦਾਂ ਭੁਗਤ ਰਹੇ ਹੈ ਉਹ ਫੇਰ ਖੜੇ ਹੋ ਰਹੇ ਹੈ ਖੜੇ ਹੋ ਗਏ ਤੁਸੀਂ ਉਹਨਾਂ ਨੂੰ ਜਿਤਾਣ ਚ ਲੱਗੇ ਹੋਇਆ ਲਾਣਤ ਹੈ ਯਾਰ ਉਸ ਤੋਂ ਬਾਹਰ ਆਓ ਇਨਸਾਨ ਨੂੰ ਬੇਵਜਾ ਬੇਮਤਲਬ ਪੂਜਨ ਦੀ ਜਿਹੜੀ ਰਵਾਇਤ ਹੈ ਇਸ ਤੋਂ ਬਾਹਰ ਆਓ ਤਾਂ ਹੀ ਆਪਾਂ ਜਿਹੜਾ ਹੈ ਗਲਤ ਆਪਣੇ ਉੱਪਰ ਲੋਕ ਰਾਜ ਕਰ ਰਹੇ ਹਨ ਕੁਝ ਲੋਕ ਐਸੇ ਵੀ ਹਨ ਜਿਹੜੇ ਕਿ ਬਿਲਕੁਲ ਗਲਤ ਨਹੀਂ ਜਿਹੜੇ ਰਾਜ ਕਰ ਰਹੇ ਹੈ ਉਹਨੂੰ ਕੱਢ ਕੇ ਬਾਹਰ ਮਾਰੋ ਸਾਰਿਆਂ ਨੂੰ ਜਿਹਨੂੰ ਕੋਰਟ ਨੇ ਐਕਸੈਪਟ ਕਰ ਲਿਆ ਕਿ ਕਲਪਰੇਟ ਹੈ ਉਹਨੇ ਸਜ਼ਾ ਕੱਟ ਲਈ ਤੁਸੀਂ ਫੇਰ ਉਹਨੂੰ ਤੇ ਜਿਤਾ ਰਹੇ ਹੈਂ ਮੈਂ ਨੌਂ ਨਹੀਂ ਲੈਣਾ ਚਾਹੁੰਦਾ ਮੇਰੀ ਉਂਗਲੀਆਂ ਦੇ ਪਏ ਆ ਨੌਂ ਨਹੀਂ ਲੈਣਾ ਚਾਹੁੰਦਾ ਕਿਸਦਾ ਮੈਂ ਮੇਰੀ ਉਂਗਲੀਆਂ ਦੇ ਪਏ ਆ ਉਹਨਾਂ ਨੇ ਇਹ ਕਿਹਾ ਮੋਦੀ ਸਾਹਿਬ ਨੇ ਕਿ ਉਹਨਾਂ ਤੋਂ ਬਚੋ ਉਹਨਾਂ ਤੋਂ ਬਚੋ ਉਹਨਾਂ ਤੋਂ ਬਚੋ ਹਾਂ ਤੁਸੀਂ ਆ ਕਿਤਾਬ ਦਾ ਜ਼ਿਕਰ ਕੀਤਾ ਇੱਕ ਕਿਤਾਬ ਆ ਰਹੀ ਹੈ ਜਿਹੜੀ ਟਾਰਗੇਟ ਸੀ ਕਿ ਮੈਂ ਅੱਜ ਰਿਲੀਜ਼ ਕਰਨੀ ਸੀ ਮਗਰ ਕੁਝ ਲੇਟ ਹੋ ਗਿਆ ਕੁਡ ਬੀ ਉਨ ਲਾਦਨ ਹੋਰ ਲੱਗਣਗੇ ਆਉਣ ਵਾਸਤੇ ਸ਼ਹੀਦੋ ਕੋ ਸ਼ਰਦਾ ਸੁਮਨ ਇੱਕ ਦਾਵ ਆ ਰਹੀ ਹੈ ਜੀ ਇਹ ਜਿਹੜੀ ਹੈ ਇਹ ਸਾਰੀਆਂ ਨਜ਼ਮਾਂ ਹਨ ਅੰਦਾਜ਼ਨ 100 ਨਜ਼ਮਾਂ ਹੈ ਇਹਦੇ ਵਿੱਚ ਸਾਰੀਆਂ ਦੇਸ਼ ਭਗਤੀ ਦੇ ਹਨ ਇੱਕ ਖਿਆਲ ਹੀ ਸੀ ਵੀ ਅੱਜ ਮੈਂ ਰਿਲੀਜ਼ ਕਰਾਂਗਾ ਤਾਂ ਜਿਹੜਾ ਹੈ ਇਹ ਫੀਲ ਸੁਸਾਇਟੀ ਦੇ ਵਿੱਚ ਜਾਏਗੀ ਕਿ जिन्ने शहीद ਹੋਏ ਆ ਉਹਨਾਂ ਵਾਸਤੇ ਆਪਣੀ ਆਤਮਾ ਤੋਂ ਆਪਣੇ ਮਨ ਤੋਂ ਹਰ ਇੱਕ ਹਿੰਦੁਸਤਾਨੀ ਸ਼ੁਕਰਗੁਜ਼ਾਰ ਹੋਵੇ ਉਹਨਾਂ ਦਾ ਉਹਨਾਂ ਨੂੰ ਜਿਹੜੇ ਨਤਮਸਕ ਹੋ ਉਹਨਾਂ ਦੇ ਸਾਹਮਣੇ ਠੀਕ ਹੈ ਤਾਂ ਕਿ ਹਰ ਇੱਕ ਆਪਣੇ ਹਿੰਦੁਸਤਾਨੀ ਦੇ ਮਨਚੇ ਇੱਕ ਖਿਆਲ ਆਵੇ ਕਿ ਹਾਂ ਬਈ ਇਹ ਪੂਜਨ ਦੇ ਕਾਬਲ ਹੈ ਜਿਹੜੀ ਹੁਣ ਆਪਾਂ ਗੱਲ ਕਰ ਰਹੇ ਸੀ 14 ਅਗਸਤ ਵਾਰੇ ਉਹ ਜਿਹੜਾ ਵਿਭਾਜਨ ਹੋਇਆ ਨਾ ਉਹਦੇ ਉੱਪਰ ਮੈਂ ਕਾਫੀ ਕੁਝ ਲਿਖਿਆ ਹੈਗਾ ਉਹਦੇ ਬਾਰੇ ਇੱਕ ਸ਼ੇਅਰ ਮੈਂ ਜਰੂਰ ਇੱਥੇ ਰੱਖਣਾ ਚਾਹਾਂਗਾ ਵਿਭਾਜਨ ਦਾ ਜ਼ਹਿਰ ਨਿਕਲਾ تھا ਖੁਦਗਰਜ਼ੀ ਦੀ ਦਲਦਲ ਸੇ ਵਿਭਾਜਨ ਦਾ ਜ਼ਹਿਰ ਨਿਕਲਾ تھا ਖੁਦਗਰਜ਼ੀ ਦੀ ਦਲਦਲ ਸੇ ਵਹੀ ਲੀਡਰ ਹੈ ਜ਼ਿੰਮੇਵਾਰ 10 ਲੱਖ ਮੌਤਾਂ ਕੇ जुनू तक थी ललक उनके दिलों में राज करने की जुनू तक थी ललक उनके दिलों में राज करने की बली लाखों ही हम वतनों की बिन गलती चढ़ी उस दिन बली लाखों ही हम वतनों की बिन गलती चढ़ी उस दिन ये असलियत है ये असलियत है उस दिन दस पंद्रह लोगों ने बैठ के ਅੰਗਰੇਜ਼ਾਂ ਦੇ ਮੈਂ ਨਾ ਨੀ ਕਿਸੇ ਦਾ ਲਾਉਂਗਾ ਉਹਨਾਂ ਦੇ ਕਹੇ ਕੋਹਾਏ ਤੇ 10-15 ਲੋਕਾਂ ਨੇ ਸਾਰੇ ਮੁਲਕ ਦਾ ਫੈਸਲਾ ਕਰਦਾ ਟੁਕੜੇ ਕਰਦੇ ਮੈਨੂੰ ਨਹੀਂ ਸਮਝ ਆਉਂਦਾ ਕਿਨੇ ਹੱਕ ਦਿੱਤਾ ਉਹਨਾਂ ਨੂੰ ਆਪਣੇ ਹਿੰਦੂਸਤਾਨੀਆਂ ਅੰਦਰ ਜਾਗਰਤੀ ਨਹੀਂ ਸੀ ਉਸ ਟਾਈਮ ਮਾਸ ਜਾਗਰਤੀ ਨਹੀਂ ਸੀ ਉਸ ਟਾਈਮ ਇਸ ਕਰਕੇ ਇਹ ਜਿਹੜੀ ਜੋ ਕੁਝ ਹੋਇਆ ਹੈ ਇਹ ਵਿਭਾਜਨ ਹੋਇਆ ਇਹ ਤਾਂ ਕੁਝ ਬੰਦਿਆਂ ਨੇ ਮਿਲ ਕੇ ਕੁਝ ਲੀਡਰਾਂ ਨੇ ਮਿਲ ਕੇ ਉਹ ਕਰ ਲਿਆ ਇੱਕ ਚਾਹੁੰਦਾ ਸੀ ਮੈਂ ਹਿੰਦੁਸਤਾਨ ਦਾ ਪ੍ਰਾਈਮ ਮਿੰਿਸਟਰ ਬਣਾ ਇੱਕ ਚਾਹੁੰਦਾ ਸੀ ਮੈਂ ਪਾਕਿਸਤਾਨ ਦਾ ਪ੍ਰਾਈਮ ਮਿੰਿਸਟਰ ਬਣਾ ਇਹ ਸਾਰਾ ਕੁਝ ਜੰਨੀਆਂ ਖੁਰਾਫਾਤਾਂ ਹੋਈਆਂ ਇਹ ਸਭ ਸੈਲਫਿਸ਼ ਮੋਟਿਵਸ ਜੀ ਦੇ ਕਰਕੇ ਇਹ ਵਿਭਾਜਨ ਹੋਇਆ ਔਰ ਲੱਖਾਂ ਲੱਖਾਂ ਦੇ ਲੱਖਾਂ ਬੰਦੇ 10 ਲੱਖ ਤਾਂ ਗਵਰਨਮੈਂਟ ਐਕਸੈਪਟ ਕਰ ਰਹੀ ਹੈ ਮਗਰ ਪੋਜੀਟਿਵਲੀ ਵੀ ਲੱਖਾਂ ਉਪਰ ਲੋਗ ਉਸਨੂੰ ਕ੍ਰੁਸੀਫਾਈ ਹੋਏ ਆਈ ਵਿਲ ਯੂਜ਼ ਦੀ ਵਰਡ ਕ੍ਰੁਸੀਫਾਈ ਕ੍ਰੁਸੀਫਾਈ ਹੋਏ ਟਰੇਨਸ ਭਰੀਆਂ ਨੇ ਭਰੀਆਂ ਆ ਰਹੀਆਂ ਲਾਸ਼ਾਂ ਦੀਆਂ ਟਰੇਨਸ ਭਰੀਆਂ ਆ ਰਹੀਆਂ ਲਾਸ਼ਾਂ ਦੀਆਂ ਇਸ ਦੇ ਉਪਰ ਤਰਾਸ ਦੀ ਹੋਰ ਕੀ ਹੋਊਗੀ ਯਾਰ ਇਹ ਆਜ਼ਾਦੀ ਦੀ ਐਡੀ ਬੜੀ ਕੀਮਤ ਬੀ ਲੱਖ ਬੰਦਿਆਂ ਨੂੰ ਗੋਆਲੇ ਆ ਆਪਣੇ ਜੋ ਜਿਹੜੇ ਬੱਚੇ ਜਿਹੜੇ ਉਧਰੋਂ ਆਏ ਉਹਨਾਂ ਦੀ ਕੀ ਹਾਲਤ ਹੋਈ ਜਿਹੜੇ ਅਰਮਾਨਾ ਪਤੀ ਲੱਖਾਂ ਪਤੀ ਕਰੋੜਾਂ ਪਤੀ ਸੀਗੇ ਇੱਥੇ ਪੇਮੈਂਟ ਤੇ ਆ ਕੇ ਰੋਲ ਰਹੇ ਸੀਗੇ ਇਸ ਤੇ ਉੱਪਰ ਤਰਾਸ ਦੀ ਹੋਰ ਕੀ ਹੋਏਗੀ ਇਹ ਮੋਦੀ ਸਾਹਿਬ ਨੇ ਜਿਹੜਾ ਬਰਾਲਾ ਚੱਕਿਆਗਾ ਕਿ ਭਾਈ ਇਹ ਤਰਾਸ ਦੀ ਹੈ 14 ਅਗਸਤ ਨੂੰ ਜੋਗੋਸ਼ ਹੋਇਆ ਇਹ ਤਰਾਸ ਦੀ ਹੈ ਇਹ ਇਸ ਇਹ ਫੀਲ ਕਰਾਉਣ ਵਾਸਤੇ ਕਿ ਜਿਹੜੇ ਅਗਲੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਹੋਵੇ ਅਸੀਂ ਕਿਸ ਕੋਰਸ ਤੇ ਆਜ਼ਾਦੀ ਲੱਤੀ ਹੈ ਕਿਸ ਕਸ਼ਟে ਆਜ਼ਾਦੀ ਲਈ ਦਿੱਤੀ ਹੈ ਸਾਡੀ ਜਨਰੇਸ਼ਨ ਨੇ ਤਾਂ ਸਾਡੇ ਮਾਪੇ ਨੇ ਸਾਨੂੰ ਦੱਸਿਆ ਵੀ ਉਸ ਟਾਈਮ ਇਹ ਹੋਇਆ ਸੀ ਜਿਨ੍ਹਾਂ ਨੇ ਭੁਗਤਿਆ ਉਹਨਾਂ ਨੇ ਵੀ ਦੱਸਿਆ ਇਹ ਹੋਇਆ ਸੀ ਜਿਨ੍ਹਾਂ ਨੇ ਅਗਲੀ ਜਨਰੇਸ਼ਨ ਨੂੰ ਜਿਹੜੀ ਆ ਰਹੀ ਹੈ ਉਹਨਾਂ ਨੂੰ ਦੱਸਣਾ ਇਹ ਸਾਡੀ ਮੋਰਲ ਜ਼ਿੰਮੇਵਾਰੀ ਹੈ ਇਹ ਸਾਡੀ ਮੋਰਲ ਜ਼ਿੰਮੇਵਾਰੀ ਹੈ ਬਹੁਤ ਮਿਹਰਬਾਨੀ ਸਾਬ ਆਪ ਆਏ ਦਰਸ਼ਨ دیے ਬਹੁਤ ਮਿਹਰਬਾਨੀ ਥੈਂਕ ਯੂ